ਸਤਿ ਸ੍ਰੀ ਅਕਾਲ ਜੀ ਲੋ ਵੀ ਦੋਸਤੋ ਤਰੀਕ ਹੋ ਗਈ ਅੱਜ 7 ਵੀਰਵਾਰ ਤੇ ਇੱਕ ਕਿਹੜਾ ਜਿਹੜਾ ਹੈਗਾ ਆ ਉਹ ਆਪਾਂ ਫਰਾਂਸ ਦਾ ਲਾਤਾ ਆ ਤੇ ਹੁਣ ਆਪਾਂ ਚੱਲੇ ਹਾਂ ਦੂਜੇ ਗੇੜੇ ਤੇ ਪਹਿਲਾਂ ਜਿਹੜਾ ਆਪਾਂ ਗੇੜਾ ਲਾਇਆ ਸੀਗਾ ਉਹ ਆਪਾਂ ਲਾਇਆ ਸੀ ਸੋਮਵਾਰ ਆਪਾਂ ਗਏ ਸੀ ਵੈਲੈਂਸ ਲਿਓਨ उस बाद सोपरा रुआने फिर वापस आए थे फिर तोरीनो स्कारिको करके फिर लोहा कारिको करके बलोनिया स्कारिको करके यानी कि इन्ने काम करके तो हूँ फिर आप तुरे हैं दूजे गेड़े लिए फ्रांस में तो अज का जोड़ा अपना गेड़ा हैगा फिर लिया ही आपना एक लिया तो पहला शैंबरी के कोल एक पेंदा छोटा जहा पेज है आप 7 पैलेट लाने फिर उस तो बाद नैक्सट जाना आ लियोन जे अपने ट्रांसपोर्ट का तोरे मजले नाले मायोन्स जाना लियोन ईस्ट फिर आप तीजा एक पास होर लग गई उत्थे जाना उस तो बाद दीवारी मक्की फिर मैनू लगता भी आप मक्की लावे शायद शनिवार को ही आप मक्की लाइए फिर जिथे आप पिछली बारी ला के आए थे अपने वेतो आप इधर रेजो मिलिया तो उपरले बन्ने मुल्तानी वाले पासे तो देखते हैं दोस्तों फिर किदां हुंदी है ऐतकी ओके भी करते हैं शुरू अपनी व्याजो चलिए बोल भी दोस्तों इतने क हो गया एक्सीडेंट तो वह आ गया एयर एम्बूलेंस यानी कि हैलीकॉप्टर लो जी परमात्मा भला करे कि कोई नुकसान ज़्यादा ना होया हो पर इन्हां कंट्रियां च एक मोह है बंदे दी सेफ्टी का किन्ना ख्याल रखते हैं देख लो हुण एयर एम्बूलेंस आई आ पक्का कोई कम रावे साहब ना चक्कर जड़ा ये आए है इतने। हाँ जी भी दोस्तों लो भी आप लंघे हैं तरतोना इतने थोड़े जे ना कमेंट आए थे दोस्तों के मैं सोचता उन्होंने जवाब दे दवा एक तो बई का कमेंट आया सी कहिंदा ਦਾ ਨਾਮ ਆ ਰਜ਼ਾਕ ਖਾਨ ਇਦਾਂ ਕਰਕੇ ਕਹਿੰਦਾ 9 ਮਹੀਨੇ ਵਾਲੇ ਪੇਪਰ ਦੇ ਉੱਤੇ ਆ ਕੇ ਬੰਦਾ ਟਰੱਕ ਚਲਾ ਸਕਦਾ ਯਾਰ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਦਾ ਪਰ ਮੈਨੂੰ ਇੰਨਾ ਪਤਾ ਵੀ 9 ਮਹੀਨਿਆਂ ਦੇ ਵਿੱਚ ਇੱਥੇ ਸਾਰੇ ਲਾਇਸੈਂਸ ਲੈਣੇ ਸੌਖੇ ਨਹੀਂ ਹੈਗੇ ਇਹਦਾ ਮਤਲਬ ਕਿਉਂਕਿ ਟਾਈਮ ਹੀ ਬਹੁਤ ਲੱਗਦਾ ਲਾਇਸੈਂਸਾਂ ਦੀਆਂ ਤਰੀਕਾਂ ਬਹੁਤ ਲੰਬੀਆਂ ਮਿਲਦੀਆਂ ਪਹਿਲਾਂ ਤੂੰ ਤਿਆਰੀ ਕਰਕੇ ਗੱਡੀ ਦਾ ਲਊਂਗਾ ਫਿਰ ਉਸ ਤੋਂ ਬਾਅਦ ਟਰੱਕ ਦਾ ਲਊਂਗਾ ਟ੍ਰੇਲਰ ਦਾ ਲਊਂਗਾ फिर चीकू ची कोर्सो करूँगा मतलब मैनू नहीं लगता तो 9 महीने के बंदा इतने आ के दे लाइसेंस सारे कंप्लीट कर सकता है क्योंकि जिन्ना प्रोसैसिंग है इतने की अमेरिका कैनेडा हाँ बंदे इदा चला लेंगे ट्रक ले लेंगे इतना पर इधर नहीं इतने नहीं इतना है और यार कमेंट आया ही कहिंदा लाइसेंस बारे भी वीडियो बना दो प्लीज़ कोई नहीं यार बनावांगा लाइसेंस से भी एक स्पैशल वीडियो बना दाँगा कोई चक्कर नहीं है बाकी होर भी जो कमेंट मैं इधर देखता पे नाल कहिंदे भी भाजी सैलरी कितनी है आपकी भी
ਵੀਕ ਮੇ ਕਿਤਨੇ ਬਣ ਜਾ ਭਾਈ ਸੈਲਰੀ ਦਾ ਵੀ ਦੱਸਾਂਗੇ ਕੋਈ ਨਹੀਂ ਕਿਸੇ ਦਿਨ ਅਜੇ ਮੈਂ ਚਾਹੁੰਦਾ ਵੀ ਅਜੇ ਅਟਕ ਕੇ ਵੀਡੀਓ ਬਣਾਵਾਂ ਸੈਲਰੀ ਟੁੱਟਣੀ ਦੇ ਅਜੇ ਨਹੀਂ ਅੱਛਾ ਜੀ ਏਡੀਆਰ ਦੇ ਬਾਰੇ ਵਿੱਚ ਦੱਸੋ ਇਹਦਾ ਕੰਮ ਕਿੱਦਾਂ ਵਾ ਲਓ ਵੀ ਏਡੀਆਰ ਦਾ ਚੱਕਰ ਇੱਦਾਂ ਨੀਰਜ ਕੁਮਾਰ ਕਮੈਂਟ ਆਇਆ ਸੀਗਾ ਅਤੇ ਏਡੀਆਰ ਦਾ ਯਾਰ ਚੱਕਰ ਇੱਦਾਂ ਵਾ ਵੀ ਏਡੀਆਰ ਹੁੰਦਾ ਜਦੋਂ ਤੁਸੀਂ ਕੋਈ ਮੈਰਜੀ ਪੈਰੀਕਲੋਜ਼ੋ ਖੜਦੇ ਆ ਜਿੱਦਾਂ ਕੋਈ ਪੈਰੀਕਲੋਜ਼ੋ ਚੀਜ਼ ਆਪਾਂ ਜਦੋਂ ਖੜਦੇ ਹਾਂ ਨਾ ਉਦੋਂ ਫਿਰ ਜਿਹੜਾ ਹੈਗਾ ਆ ਉਦੋਂ ਤੁਹਾਨੂੰ ਏਡੀਆਰ ਲਾਇਸੈਂਸ ਦੀ ਲੋੜ ਪੈਂਦੀ ਹੈ ਜਿੱਦਾਂ ਡੀਜ਼ਲ ਹੋ ਗਏ ਗੈਸ ਹੋ ਗਈ ਟਰਾਂਸਪੋਰਟ ਕਰਨੀ ਜਾਂ ਮੰਨ ਲਓ ਪੈਟਰੋਲ ਹੋ ਗਿਆ ਆਹ ਚੀਜ਼ਾਂ ਜਦੋਂ ਟਰਾਂਸਪੋਰਟ ਕਰਦੇ ਹਾਂ ਫਿਰ ਸਾਨੂੰ ਏਡੀਆਰ ਪਤੇਂਦੇ ਦੀ ਲੋੜ ਪੈਂਦੀ ਜਾਂ ਹੋਰ ਵੀ ਕਈ ਮੈਰਚੀਆਂ ਹੁੰਦੀਆਂ ਵਾ ਜਿਹੜੇ ਮੈਰਚੀ ਦਾ ਮਤਲਬ ਸਮਾਨ ਜਿਹੜਾ ਪੈਰੀਕਲੋਜ਼ੋ ਖਤਰੇ ਵਾਲੀ ਕੋਈ ਚੀਜ਼ ਹੁੰਦੀ ਉਹਨਾਂ ਲਈ ਫਿਰ ਤੁਹਾਨੂੰ ਜਿਹੜਾ ਹੈਗਾ ਬਕਾਇਦਾ ਜਿਹੜਾ ਏਡੀਆਰ ਦਾ ਕੋਰਸ ਹੁੰਦਾ ਉਹਦਾ ਤੁਹਾਨੂੰ ਉਹ ਮਿਲਦਾ ਜਿਹੜਾ ਹੈਗਾ ਸਿਸਟਮ ਜਿਹਾ ਸੋ ਉਹਦਾ ਵਧੀਆ ਵਾ ਉਹਦੀ ਤਨਖਾਹ ਹੈ ਸਾਡੇ ਤਾਂ ਨਾਰਮਲ ਟਰੈਕਿੰਗ ਦੇ ਨਾਲ ਬੰਦੇ ਦੀ ਜ਼ਿਆਦਾ ਹੁੰਦੀ ਆ ਏਡੀਆਰ ਦੀ ਕਿਉਂਕਿ ਉਹ ਤੁਸੀਂ ਰਿਸਕ ਜ਼ਿਆਦਾ ਲੈਣਾ ਥੋੜ੍ਹੇ ਬਹੁਤੇ ਪੈਸਿਆਂ ਦਾ ਉਹਦਾ ਫਰਕ ਹੁੰਦਾ ਉਹ ਥੋੜ੍ਹੇ ਵੱਧ ਉਹਦੇ 'ਚ ਮਿਲਦੇ ਆ ਅਤੇ ਇੱਕ ਸੀਗਾ ਆ ਗਿਆ ਜਗਮੀਤ ਸਿੱਧੂ ਦਾ ਕਮੈਂਟ ਕਹਿੰਦਾ ਵੀਰ ਜੀ ਪਤੇ ਤੇ ਜੀ ਜੀ ਏ ਹੈਗਾ ਆ ਪਾਸ ਹੋ ਜਾਣਾ ਵਾ ਅਤੇ ਕੰਮ ਕਾਰ ਕਿੱਦਾਂ ਮਿਲ ਜਾਂਦਾ ਮਿਲ ਜਾਂਦੀ ਬਾਈ ਜੀ ਬਣ ਜਾਂਦੀ ਗੱਲ ਹਰ ਬੰਦੇ ਦਾ ਤਕਰੀਬਨ ਜਿੰਨਿਆਂ ਨੇ ਅੱਜ ਤੱਕ ਲਏ ਸਾਰਿਆਂ ਦਾ ਸੂਦ ਆ ਹੀ ਜਾਂਦਾ ਬੰਦੇ ਦਾ ਕਿਸੇ ਨਾ ਕਿਸੇ ਬੰਦੇ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਅਤੇ ਹੋਰ ਵੀ ਹੈਗਾ ਵਾ ਬਾਕੀ ਮਦਨ ਲਾਲ ਸਾਹਿਬ ਦਾ ਤਾਂ ਹਮੇਸ਼ਾ ਆਪਾਂ ਨੂੰ ਕਮੈਂਟ ਆਉਂਦੇ ਰਹਿੰਦਾ ਰਾਮ ਰਾਮ ਇਹ ਤਾਂ ਸਾਡੇ ਪੱਕੇ ਸਬਸਕ੍ਰਾਈਬਰ ਆ ਮਦਨ ਲਾਲ ਜੀ ਸੋ ਇਸ ਕਰਕੇ ਰਾਮ ਰਾਮ ਭਾਈ ਮਦਨ ਲਾਲ ਜੀ ਨੂੰ ਵੀ ਅਤੇ ਬਾਕੀ ਹੋਰ ਵੀ ਕਮੈਂਟ ਹੈਗੇ ਆ ਮੈਂ ਦੇਖ ਰਿਹਾ ਹੌਲੀ ਹੌਲੀ ਪਰ ਜਿੰਨੇ ਕੁ ਚਲੋ ਮੈਂ ਸਾਰੇ ਕਹਿੰਦੇ ਲਾਇਸੈਂਸ ਦੀ ਇਨਫੋਰਮੇਸ਼ਨ ਉਹ ਕੋਈ ਨਹੀਂ ਮੈਂ ਕਿਸੇ ਦਿਨ ਇੱਕ ਸਪੈਸ਼ਲ ਯਾਰ ਵੀਡੀਓ ਬਣਾਵਾਂਗਾ ਬਸ ਟਾਈਮ ਹੀ ਨਹੀਂ ਲੱਗਦਾ ਹੈਗਾ ਬਿਜੀ ਬਹੁਤ ਜ਼ਿਆਦਾ ਆ ਜੀ ਬਹੁਤ ਜ਼ਿਆਦਾ ਲਾਇਸੈਂਸ ਦੀ ਸਭ ਤੋਂ ਵੱਧ ਸੈਲਰੀ ਅਤੇ ਲਾਇਸੈਂਸ ਸੈਲਰੀ ਅਤੇ ਲਾਇਸੈਂਸ ਕੋਈ ਨਹੀਂ ਲਓ ਜੀ ਇੱਕ ਕਮੈਂਟ ਆਇਆ ਸੀਗਾ ਗੁਰਲਾਲ ਸਿੰਘ ਦਾ ਕਹਿੰਦਾ ਵੀ ਜਿਹੜਾ ਤੁਸੀਂ ਲਾਇਸੈਂਸ ਹੀ ਆਪ ਕੀਤਾ ਸੀ ਜਾਂ ਕਲਾਸਾਂ ਲਾਈਆਂ ਸੀਗੀਆਂ ਬਈ ਲਾਇਸੈਂਸ ਜਿਹੜਾ ਵਾ ਕਲਾਸਾਂ ਲਾਉਣੀਆਂ ਪੈਂਦੀਆਂ ਬੰਦਿਆਂ ਨੂੰ ਅਤੇ ਮੈਂ ਵੀ ਕਲਾਸਾਂ ਲਾਈਆਂ ਸੀ ਕਲਾਸਾਂ ਲਾ ਕੇ ਪੜ੍ਹਾਈ ਕੀਤੀ ਆਪਣਾ ਫੇਰ ਕੀਤਾ ਜੀ ਅਤੇ ਓਕੇ ਵੀ ਆਹ ਦੋ ਤਿੰਨ ਕਮੈਂਟ ਸੀਗੇ ਬਾਕੀ ਕੋਈ ਨਹੀਂ ਉਹੀ ਮੇਨ ਜ਼ਿਆਦਾ ਕਮੈਂਟ ਇਹੋ ਹੀ ਗੱਲ ਦੇ ਆ ਵੀ ਲਾਇਸੈਂਸ ਦਾ ਕਿੱਦਾਂ ਵਾ ਅਤੇ ਇਹਦਾ ਕਿੱਦਾਂ ਵਾ ਮੈਂ ਪੰਜ ਜ਼ਿਆਦਾ ਨਹੀਂ ਮੈਂ ਅੱਗੇ ਵੀ ਕਹਿੰਦਾ 5 ਮਿੰਟ ਦੀ ਵੀਡੀਓ ਪਾ ਕੇ ਮੈਂ ਕਹੂੰਗਾ ਅਪਲੋਡ ਕਿਤੇ ਨਾ ਕਿਤੇ ਅਤੇ ਓਕੇ ਵੀ ਦੋਸਤ ਚੱਲਦੇ ਹਾਂ ਧੁੱਪ ਬਹੁਤ ਲੱਗੀ ਆ ਕੁਝ ਵੀ ਅਤੇ ਓਕੇ ਵੀ ਮਿਲਦੇ ਹਾਂ ਨੈਕਸਟ ਲਓ ਵੀ ਦੋਸਤੋ ਅੱਜ ਹੈਗੇ ਆਪਣੇ ਕੋਲ ਉਬਲੇ ਚਨੇ ਸਬਜ਼ੀ ਅਤੇ ਵਿੱਚ ਪਾਵਾਂਗੇ ਆਪਾਂ ਫਰਮਾਜੋ ਜੀ ਅਤੇ ਫਿਰ ਆਪਾਂ ਇੱਥੇ ਤਿਆਰ ਕਰਾਂਗੇ ਪਾਨੇ ਚੱਕਣੇ ਫਟੇ ਆਪਾਂ ਹੈਗੇ ਹਾਂ ਵਿਲਾ ਨੋਵਾ ਇੱਥੇ ਰਿਪੋਜ਼ੋ ਕਰਕੇ 45 ਮਿੰਟ ਦਾ ਫਿਰ ਤੁਰਦੇ ਹਾਂ ਨੈਕਸਟ ਓਕੇ ਵੀ ਦੋਸਤੋ ਮਿਲਦੇ ਪਾਸਿਓ ਅਤੇ ਹੁਣ ਆਪਾਂ ਜਾਵਾਂਗੇ ਨੈਕਸਟ ਫਰਾਂਚਾ ਇੱਥੇ ਦਾ ਮੌਸਮ
बारिश बारी हो रही है चंगी, देखते हैं फ्रांस च मौसम कितना दा वा। ओके भी दोस्तों मिलते हैं जी मिनट च। हाँ जी भी दोस्तों लाओ भी बेन वेनूती इन फ्रांस, इतने भी बारिश काफी हो रही है, मौसम इतने भी वाकई इटली वांगू ठंडा ही फैल रहा। इतने समय ज्यादा ही डाउन है थोड़ा टेम्परेचर, चलो बढ़िया। लो भी दोस्तों आपां आ चुके हैं फ्रांचा, अपने को एक घंटा ते 10 मिनट तक विदा रह गया है, देखते हैं फीने कितने तक पहुंचते हैं। ओके भी दोस्तों मिलते हैं जी तुहानू नेक्स्ट। हाँ जी भी दोस्तों गुड मॉर्निंग जी सारियां नू। लो भी टाइम हो गया सवेर का 7:30 का, आप सुते ही गए शंबेरी शंबेरी आ गए ही पिदाजो से, हम आप बहुत थोड़े टाइम तक तुरते हैं। फिर एक जड़ा है आप अनलोडिंग जी करनी इतने शंबरी के कोल करनी है, तो दो जड़िया है लिया करनी है। चलो चलते हैं, पर बारिश रात बहुत हो गई इतने तुम बहर दिखाना मौसम भी दोस्तों कुछ इदा का हिसाब तब रहा बहर का। आप पार्किंग नहीं सा को टाइम हैगा ही, आप इतने तक चल आ गए। ओके भी दोस्तों मिलते हैं जी तुम नैक्सट, तो चलते हैं फिर। अपना एक थान का हो गया अनलोडिंग, इतने हूँ आप चले लियोन शहर वापस, तो उ जाके फिर देखते हैं भी कि होंगी है। उत्थे दो क्लाइंट आ, इतने तो अपना निबड़ गया काम टाइम नाल 15 मिनट जी। ओके भी दोस्तों मिलते फिर तुम नैक्सट। गल करते जी फ्रांस भी आ जी अपने साइडा से कणक ही आई हरी है इस टाइम, क्योंकि बर्फ बुरफ के पैन करके फिर इतने भी उ गल भी लेट मौसम चेंज हों, फिर लेट ही कणक जी पकती है। बड़ा ठंडा ठंडा जहा माहौल आया,
ਫਰਾਂਸ ਦੇ ਵਿੱਚ ਪਿੰਡਾਂ ਦਾ ਨਹੀਂ ਤੇ ਇਟਾਲੀਆ 'ਚ ਤਾਂ ਰੌਣਕ ਬਹੁਤ ਹੁੰਦੀ ਹੈ ਇਟਲੀ ਦੀ। ਓਕੇ ਵੀ ਦੋਸਤੋ, ਫਿਰ ਮਿਲਦੇ ਤੁਹਾਨੂੰ ਨੈਕਸਟ ਆਟੋ 'ਤੇ ਜਾ ਕੇ। ਦੋਸਤੋ ਆਪਾਂ ਪਹੁੰਚ ਗਏ ਹਾਂ ਜੇ ਲਿਓਨ। ਲਿਓਨ ਇੱਥੋਂ ਰਹਿ ਗਿਆ 18 ਕਿਲੋਮੀਟਰ, 18 ਕਿਲੋਮੀਟਰ ਜਿਹੜਾ ਹੈਗਾ ਰਹਿ ਗਿਆ, ਯਾਨੀ ਕਿ ਆਪਾਂ ਲਾਗੇ ਹੀ ਆ ਗਏ ਗੇ। ਚੱਲਦੇ ਹਾਂ ਜੀ ਆਪਾਂ, ਪਹਿਲਾਂ ਤਾਂ ਇੱਕ ਜਿਹੜੇ ਟਰਾਂਸਪੋਰਟ ਦਾ ਤੋਰੇ ਆ ਉੱਥੇ ਜਾਣਾ ਆ, ਉੱਥੇ ਲਾ ਕੇ ਸਮਾਨ ਅਤੇ ਫਿਰ ਆਪਾਂ ਗਾਂ ਚੱਲਾਂਗੇ ਨੈਕਸਟ। ਓਕੇ ਵੀ ਮਿਲਦੇ। Io preparo il tuo video, poi mando capo. Mando camellini, che tu non carico, non scarico bene quella roba. Così che filmare te. Vabbè, sì. Perché? Perché non scarico bene roba. Anji vi dosto, lo vi. E jada munda ya, e pella renda higa Italia. Ji vi video dekhi hone. ਅਤੇ ਹੁਣ ਇੱਥੇ ਆ ਗਿਆ ਕਾਫੀ ਟਾਈਮ ਤੋਂ ਆਪਣੀ ਫੈਮਿਲੀ ਨਾਲ, ਫਰਾਂਚ ਆ ਇੱਥੇ ਕੰਮ ਕਰਦਾ, ਮਰੋ ਕਿੰਨੀ ਆ ਮੈਨੂੰ ਲੱਗਦਾ, ਅਤੇ ਬਹੁਤ ਬਰਾਵੋ ਆ, ਬਹੁਤ ਨਾਈਸ ਆ ਮੁੰਡਾ ਹੈ, ਅਤੇ ਟਾਈਮ ਨਾਲ ਸਾਨੂੰ ਵਿਹਲੇ ਕਰ ਦਿੰਦਾ। ਅਤੇ ਆਪਣਾ ਹੁਣ ਨਿਬੜ ਗਿਆ ਜੀ ਇੱਧਰ ਦਾ ਕੰਮ, ਹੁਣ ਰਹਿ ਗਿਆ ਇੱਕ ਕਲਾਇੰਟ ਹੋਰ, ਉਹ ਬਸ ਆਪਾਂ ਕਲਾਇੰਟ ਨੂੰ ਨਿਬੇੜ ਕੇ ਅਤੇ ਫਿਰ ਆਪਾਂ ਦੇਖਦੇ ਹਾਂ ਵੀ ਕਿੱਥੇ ਲੋਡਿੰਗ ਕਰਕੇ ਕਿੱਥੇ ਅਨਲੋਡਿੰਗ ਕਰਦੇ ਹਾਂ। ਓਕੇ ਵੀ ਦੋਸਤੋ, ਦੋਸਤੋ ਲੋ ਵੀ ਇੱਥੇ ਵੀ ਆਪਣੀ ਹੋ ਗਈ ਅਨਲੋਡਿੰਗ ਸਨਪ੍ਰੈਸਟ, ਅਤੇ ਹੁਣ ਆਪਾਂ ਜਾਣਾ ਲਿਓਨ ਦੇ ਪਰਲੇ ਪਾਸੇ, ਕਿੱਧਰਲੇ ਬੰਨੇ ਮੈਂ ਕਹਿ ਸਕਦਾ ਕਿ ਜਦੋਂ ਆਪਾਂ ਮੋਂਤੇ ਬਿਆਂਕੋ ਫੜਦੇ ਹਾਂ ਟਨਲ ਜੈਨਵੇ ਵਾਲੇ ਪਾਸੇ ਨੂੰ, ਪਰ ਉੱਧਰ ਨਹੀਂ ਜਾਣਾ, ਮਤਲਬ ਏਅਰਪੋਰਟ ਵਾਲਾ ਜਿਹੜਾ ਏਰੀਆ ਉਹਦੇ ਲਾਗੇ ਜਾਗੇ ਜੀ ਆ ਇੱਕ ਪੇਜ, ਉੱਥੇ ਜਾਣਾ ਸੰਤ ਇੱਦਾਂ ਕਰਕੇ ਆ ਬੁੱਲੇ ਖੁਸ਼ੀ ਸਕਿਆ ਵਾ ਇੱਕ ਨਾਂ ਪੇਜ, ਉੱਥੇ ਜਾਣਾ ਅਤੇ ਉੱਥੋਂ ਆਪਾਂ ਲੱਦਾਂਗੇ ਮੱਕੀ, ਅਤੇ ਮੱਕੀ ਲੱਦ ਕੇ ਅਤੇ ਫਿਰ ਆਪਾਂ ਜਿਹੜਾ ਰੱਜੋ ਮਿਲੀ ਆ ਜਿਹੜਾ ਹੈਗਾ ਸਕਾਰੀ ਕੋ ਕਰਨਾ ਆ, ਅਤੇ ਦੇਖਦੇ ਹਾਂ ਵੀ ਕਿੱਦਾਂ ਹੁੰਦੀ ਆ। ਓਕੇ ਵੀ ਦੋਸਤੋ, ਮਿਲਦੇ ਹਾਂ ਤੁਹਾਨੂੰ ਨੈਕਸਟ। ਦੋਸਤੋ ਆਪਾਂ ਆ ਗਏ ਹਾਂ ਏਅਰਪੋਰਟ ਵਾਲੇ ਪਾਸੇ ਜਿਹੜਾ ਸਨਪ੍ਰੈਸ ਦੇ ਕੋਲ, ਉਹ ਆ ਗਿਆ ਜਹਾਜ਼, ਪਤਾ ਨਹੀਂ ਦੀਂਦਾ ਕਿ ਨਹੀਂ, ਲਾਓ ਵੀ ਉਹ ਤਾਂ ਵੈਸੇ ਕਾਫੀ ਫਲਾਈਟਾਂ ਆਉਂਦੀਆਂ ਰਹਿੰਦੀਆਂ, ਵਧੀਆ ਏਅਰਪੋਰਟ ਹੈ ਜਿੱਦਾਂ ਕਾਫੀ ਚੱਲਦਾ। ਅਤੇ ਆਪਾਂ ਹੁਣ ਚੱਲਦੇ ਹਾਂ ਜੀ ਆਪਣੀ ਡੈਸਟੀਨੇਸ਼ਨ ਹੁਣ ਇੱਥੇ। ਓਕੇ ਵੀ ਦੋਸਤੋ, ਮਿਲਦੇ ਹਾਂ ਤੁਹਾਨੂੰ ਮੈਂ। ਬਹੁਤ ਘੈਂਟ ਲੱਗਣ ਡਿਆ ਆਪਾਂ ਤੇ ਪਿੰਡ ਦਾ ਨਾਂ ਹੈਗਾ ਆ ਲੁਵੇਟਿਸ ਇੱਦਾਂ ਕਰਕੇ ਨਾਂ ਆ। ਓਕੇ ਵੀ ਦੋਸਤੋ, ਮਿਲਦੇ ਹਾਂ ਜੀ ਤੁਹਾਨੂੰ ਨੈਕਸਟ। ਲਓ ਵੀ ਆਪਾਂ ਆ ਗਏ ਹਾਂ ਬਠਿੰਡੇ ਵਾਲੇ ਥਰਮਲ ਪਲਾਂਟਾਂ ਦੇ ਕੋਲ,
ਤੇ ਹੁਣ ਆਪਾਂ ਇੱਥੋਂ ਕਰਾਂਗੇ ਲੋਡਿੰਗ ਤੇ ਇਹਦੇ ਇੱਥੇ ਲਾਗੇ ਚਾਗੇ ਜੇ ਇੱਕ ਸਿਲੋ ਆ ਉੱਥੇ ਜਾਣਾ ਓਕੇ ਵੀ ਦੋਸਤੋ ਮਿਲਦੇ ਨੇ ਦੋਸਤੋ ਇੱਥੇ ਤਾਂ ਨਾ ਬੰਦਾ ਨਾ ਬੰਦੇ ਦੀ ਯਾਦ ਨਹੀਂ ਹੈਗਾ ਚਲੋ ਕੋਈ ਨਹੀਂ ਆਪਾਂ ਛਕਦੇ ਰੋਟੀ ਪਾਣੀ ਟਾਈਮ ਹੋ ਗਿਆ 12:42 ਦਾ ਉਹ ਬਈ ਗਏ ਹੁਣੇ ਵੀ ਕਿਤੇ ਰੋਟੀ ਰਾਟੀ ਖਾਣ ਓਕੇ ਵੀ ਮਿਲਦੇ ਹਾਂ ਤਾਂ ਨੈਕਸਟ ਲਓ ਵੀ ਆ ਗਿਆ ਬੰਦਾ ਹੁਣ ਕਰੂਗਾ ਲੋਡ ਮੱਕੀ ਓਕੇ ਵੀ ਦੋਸਤੋ नबेड़ी ये काम फिर मिलते थानू हाँ जी भी दोस्तो लो भी आप मक्की लोडिंग करके तुर पे सीगे ते 1.5 घंटा आपां नूं हो गया ते आपां जिहड़ा हैगा आ गए हाँ शंबेरी उपरले बन्ने आपां सुते ही है सवेरे जिथे उहदे लागे उस पिताजू ते आ गए ते हुण आपां देखदे हां किदां करनी ते इक साडा ड्राइवर भी इत्थे ही आ तरीनो शायद उहनूं ना खड़ना पवे नाल वापस और मैं लगता भी देखते हैं कि दी आप कल रेजोमीलिया सकारी को करनी है वेतो जिथे आप पिछली बार गए थे मक्की बार बहुत घेंट मौसम बनया ठंडा ठंडा बर्फ पई सामने पहाड़ा दे दिखाना लो भी दोस्तों इदा का कोई माहौल चल पड़े पे बहर एक मिनट आ गया फोन मामला या फोन अटेंड कर लिए क्या टिकट ते ओ भी हैगा शुक्रवार हुण आपां जावांगे वापस ते हुण हो गया 5:40 ते करदे आं इंतराता देखदे आं भी इटली वाले पासे की माहौल चाल आ मौसम दा इधर ते बारिश आ ओके भी दोस्तों मिलदे आं जी फिर इटालिया च जी मित्रो बेनवेनुती इन इटालिया इत्थे कुछ भी नहीं हैगा सड़कां बिल्कुल सुक्कियां पईयां कोई गल नहीं बात नहीं बारिश नहीं कोई शिट नहीं चलो वधिया ही है हुण आपां इत्थे करांगे 1.5 घंटे दा रिपोज़ो छोड़ो के बस हुण पार्किंग लभ जाए इत्थे
ਜਿੱਦਾਂ ਮੂਹਰੇ ਖੜੂੰਗਾ ਤਾਂ ਫਿਰ ਮੈਂ ਕਿੱਦਾਂ ਪਾਰਕ ਕਰੂੰਗਾ। हाँ जी भी दोस्तो आ भी कफे ले आ पी इटालिया च भी बारिश माड़ी माड़ी शुरू हो गई तो ठंड इतें भी हुई पई आ मोनतानिया जो तुम देखे ना पिछे बर्फ हैगी आप है टनल के कोल बिल्कुल तो हम चलते ओके भी दोस्तों आप आ गए ग्रम बॉस्को पर इतने सारे टैलीपास बंद किए हैं पता नहीं पुलिस कोई गड्डी लैके जान रही है एमरजेंसा जोड़ा है सारे जोड़े है बंद किए हुए हैं हम रुकना पैना अपन थोड़ा टाइम चलो भी दोस्तों मिलते हैं तुम नैक्सट। ਸਤਿਕਾਲ ਜੀ ਸਾਰਿਆਂ ਨੂੰ ਗੁੱਡ ਮੋਰਨਿੰਗ ਜੀ ਆਪਾਂ ਆ ਗਏ ਹਾਂ ਫਰੈਂਸੋਲਾ ਆ ਗਏ ਨਹੀਂ ਆ ਗਏ ਸੀਗੇ ਰਾਤ ਦੇ ਅਤੇ ਹੁਣ ਆਪਾਂ ਰਿਪੋਜ਼ ਲਿਆ ਹੈ ਘਰ ਅਤੇ ਹੁਣ ਆਪਾਂ ਚੱਲੇ ਹਾਂ ਕਫੇ ਕੁਫੇ ਪੀਣ ਉੱਠ ਪਏ ਸੀ ਸਵੇਰੇ ਪਾਣੀ ਵਗੈਰਾ ਜਾ ਆਏ ਸੀ ਅਤੇ ਫਿਰ ਆਪਾਂ ਚੱਲਦਾ ਰਹੇ ਜੋ ਮਿਲੀ ਆ ਰਾਤ ਥੱਕੇ ਬੜੇ ਹੀ ਵੀਡੀਓ ਬਣੀ ਨਹੀਂ ਤੁਹਾਨੂੰ ਮੈਂ ਦਿਖਾਉਂਦਾ ਕੀ ਬਣਿਆ ਇੱਥੇ ਇਹ ਆ ਜੀ ਔਰ ਫਰੈਂਸੋਲਾ ਦੀ ਓਟਾ ਗ੍ਰਿਲ ਰਾਤੀ ਕਾਮੀਅਨ ਬਹੁਤ ਜ਼ਿਆਦਾ ਸੀ ਹੁਣ ਤਾਂ ਘੱਟ ਗਏ ਸਵੇਰੇ ਟਾਈਮ ਹੋ ਗਿਆ 6 ਦਾ ਪਰ ਹਾਂ ਰੋਡ ਚੱਲਦਾ ਉਹਦੇ ਉੱਪਰ ਆ ਓਟਾ ਗ੍ਰਿਲ ਬਣੀ ਲੱਗ ਗਈ ਇੱਥੇ ਗੁਰਦੁਆਰਾ ਵੀ ਆ ਪਰ ਉਹ ਇੱਥੇ ਠੀਕ ਆ ਓਟਾ ਗ੍ਰਿਲ ਜੀ ਓਕੇ ਜੀ ਦੋਸਤੋ ਮਿਲਦੇ ਜੀ ਤੁਹਾਨੂੰ ਦੋਸਤੋ ਗੁੱਡ ਮੋਰਨਿੰਗ ਜੀ ਸਾਰਿਆਂ ਨੂੰ ਫਿਰ ਦੁਬਾਰਾ ਅਤੇ ਆਪਾਂ ਜਾਂਦੇ ਪਏ ਹਾਂ ਅੱਜ ਫਿਰ ਵੇਤੋ ਅਤੇ ਉੱਥੇ ਆਪਾਂ ਲਾਵਾਂਗੇ ਮੱਕੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਮੁੜ ਜਾਣਾ ਵਾਪਸ ਅਤੇ ਫਿਰ ਆਪਾਂ ਸੋਮਵਾਰ ਜਾਣਾ ਆ ਫਿਰ ਦੁਬਾਰਾ ਮੁੰਤੌਰ ਦ ਲੈਸਪੈਂਸ ਸਵੇਰੇ ਫੋਨ ਆ ਗਿਆ ਮਾਲਕਾਂ ਦਾ जा के आप ट्रेलर अपना ला देना दूसरा ट्रेलर जोड़ा है पा लेना है ओके भी दोस्तों मिलते हैं जी तुम नैक्सट देखिए कि फोन आ गया ਵੀ ਦੋਸਤੋ ਆਪਾਂ ਜਾ ਰਹੇ ਹਾਂ ਇਟਾਲੀਆ ਦੇ ਵਿੱਚ ਵੇਤੋ ਵੱਲ ਜਿੱਥੇ ਆਪਾਂ ਪਿਛਲੀ ਵਾਰੀ ਗਏ ਪਿਛਲੀ ਵਾਰੀ ਤਾਂ ਬਹੁਤ ਠੰਡ ਸੀ ਬਰਫ ਸੀਗੀ ਪਈ ਪਰ ਐਤਕੀ ਬਰਫ ਨਹੀਂ ਹੈਗੀ ਵੈਦਰ ਚੇਂਜ ਹੋ ਚੁੱਕਾ ਅਤੇ ਕਾਫੀ ਵਧੀਆ ਵਿਊ ਆ ਠੰਡਾ ਠੰਡਾ ਮੌਸਮ ਆ ਸਿਰ ਸਿਰੇ ਓਕੇ ਵੀ ਦੋਸਤੋ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਪਹੁੰਚ ਕੇ ਜਾਂ ਕੋਈ ਵਧੀਆ ਲੋਕੇਸ਼ਨ ਆਈ ਕੋਈ ਨੈਚੁਰਲ ਬਿਊਟੀ ਕੋਈ ਚੀਜ਼ ਹੋਈ ਨੇਚਰ ਦੀ ਤਾਂ ਜ਼ਰੂਰ ਦਿਖਾਵਾਂਗੇ ਜੀ ਉਹ ਵੀ ਦੋਸਤੋ ਇਹ ਹੈਗਾ ਵਾ ਇਟਾਲੀਆ ਦੀਆਂ ਖੂਬਸੂਰਤ ਪਹਾੜੀਆਂ ਅਤੇ ਨਹਿਰ ਕਰੋ ਦਰਸ਼ਨ ਬਹੁਤ ਘੈਂਟ ਏਰੀਆ ਆ ਪਿਛਲੀ ਵਾਰੀ ਇੱਥੇ ਬਰਫ਼ ਪਈ ਸੀ ਸਾਰੇ ਸਾਡੇ ਪਿਛਲੇ ਵਲੋਗ 'ਚ
ऐत की आप फिर शनिवार इस एरिए दे विच आ वेतो ते बस 19 किलोमीटर रह गया आ ते चलते हैं नेक्स्ट। घंट लगता पा वैदर ठंडा ठंडा वैदर इतने एक पौंते होंदा होंदा बहुत सोहना ऐत की कोशिश करांगे जे तुहानू दिखाउण दी। दोस्तों हो गया शिकारी तो हुंदा पिया एदा हुंदा एक नू 85 ना गुणा वाह जैकना चक दी दी आ मक्की जाऊगी फिर उपर सीलो च लो भी बस थोड़ा जा टाइम ते आपां निबड़िया कम चलीए घर नू जिन्ना सौखी ट्रैकिंग हैगी इन्नी भी है नहीं थोड़ी बहुत मेहनत करनी पैंदी इत्थे भी पर हुण घरे जाके नहावांगे। हाँ जी भी दोस्तों लो भी इहदे नाल ही आपां हो गए हां वेले अज हैगा शनिवार ते हुण आपां जावांगे वापस अपने डिपोजिट तों ते उत्थे जा के जिहड़ा हैगा एक ट्रेलर अपना तैयार खड़ा आ उह बस आपां जाके कर लैणा आ गांचो सोमवार को आप जो है सवेरे तुरंगे ऐतकी 5 बजे इदा ही अपना जोड़ा है इस हफ्ते की जी आप ब्लॉग पाने जी अपनी व्याजो हैगी हो गई है खत्म तो ओके भी दोस्तों नैक्सट फिर आप सोमवार मिलते हैं किसी नवे ब्लॉग के ट्रैकिंग ओके भी दोस्तों मिलते हैं जी तुहानू नैक्सट सोमवार को।